ICSE 10ਵੀਂ ਕਲਾਸ ਵਿੱਚੋਂ ਭਾਰਤ ਭਰ ਵਿੱਚੋਂ ਸ਼੍ਰੀ ਮੁਕਤਸਰ ਸਾਹਿਬ ਵਾਸੀ ਮਨਹਰ ਬਾਂਸਲ ਨੇ ਟੌਪ ਕੀਤਾ। ਮਨਹਰ ਬਾਂਸਲ ਦੇ ਮਾਤਾ ਪਿਤਾ ਡਾਕਟਰ ਹਨ। ਸ਼੍ਰੀ ਮੁਕਤਸਰ ਸਾਹਿਬ ਵਾਸੀ ਮਨਹਰ ਬਾਂਸਲ ICSE ਬੋਰਡ ਦੀ 10ਵੀਂ ਜਮਾਤ ਵਿੱਚੋਂ ਟੌਪਰ ਰਿਹਾ। ਸ਼ਹਿਰ ਦੇ ਲਿਟਲ ਫਲਾਵਰ ਸਕੂਲ ਦੇ ਵਿਦਿਆਰਥੀ ਮਨਹਰ ਬਾਂਸਲ ਨੇ ਕੁੱਲ 500 ਅੰਕਾਂ ਵਿੱਚੋਂ 499 ਅੰਕ ਪ੍ਰਾਪਤ ਕੀਤੇ। ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਸਿੱਧ ਡਾਕਟਰ ਮਦਨ ਮੋਹਨ ਬਾਂਸਲ ਅਤੇ ਡਾਕਟਰ ਵੰਦਨਾ ਬਾਂਸਲ ਨੇ ਇਸ ਹੋਣਹਾਰ ਬੇਟੇ ਨੇ 4 ਵਿਸ਼ਿਆਂ ਹਿਸਾਬ, ਸਾਇੰਸ, ਅੰਗਰੇਜ਼ੀ ਅਤੇ ਸਰੀਰਕ ਸਿੱਖਿਆ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਇਸ ਮੌਕੇ ਸਕੂਲ ਦੇ ਸਟਾਫ ਅਤੇ ਮਨਹਰ ਦੇ ਮਾਪਿਆਂ ਨੇ ਮਿਲ ਕੇ ਖੁਸ਼ੀਆਂ ਵੀ ਮਨਾਈਆਂ। ਮਨਹਰ ਬਾਂਸਲ ਨੇ ਦੱਸਿਆ ਕਿ ਉਸ ਦਾ ਨਿਸ਼ਾਨਾ IAS ਬਣਨਾ ਹੈ। ਪਰਮਾਤਮਾ ਜੀ ਦੀ ਬਹੁਤ ਹੀ ਅਸੀਮ ਕਿਰਪਾ ਹੋਈ ਹੈ ਕਿ ਅੱਜ ਬੱਚੇ ਨੇ 10ਵੀਂ ਕਲਾਸ ਦੇ ਵਿੱਚੋਂ ICS ਬੋਰਡ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਆਲ ਇੰਡੀਆ 'ਚੋਂ। ਉਸ ਦੀ ਇਸ ਅਚੀਵਮੈਂਟ 'ਤੇ ਸਾਨੂੰ ਬਹੁਤ ਹੀ ਖੁਸ਼ੀ ਹੈ। ਇਹ ਖੁਸ਼ੀ ਨਾਲ ਸਾਰੇ ਇਲਾਕੇ ਦੀ ਵੀ ਹੈ ਅਤੇ ਸਕੂਲ ਨੂੰ ਬਹੁਤ ਹੀ ਇਸ ਚੀਜ਼ ਦਾ ਯੋਗਦਾਨ ਜਾਂਦਾ ਹੈ ਜਿਨ੍ਹਾਂ ਅਧਿਆਪਕਾਂ ਨੇ ਉਸ ਨੂੰ ਇੰਨੀ ਮਿਹਨਤ ਕਰਵਾਈ। ਆਪਣੇ ਮੂੰਹ ਅਸੀਂ ਬੱਚੇ ਦੀ ਕੋਈ ਤਾਰੀਫ ਤਾਂ ਨਹੀਂ ਕਰ ਸਕਦੇ, ਪਰ ਮਾਲਕ ਦੀ ਬਹੁਤ ਹੀ ਕਿਰਪਾ ਹੈ ਕਿ ਇਹ ਬੱਚਾ ਬਹੁਤ ਹੀ ਇਮਾਨਦਾਰ, ਬਹੁਤ ਹੀ ਡਿਸਿਪਲਿਨਡ ਅਤੇ ਸੈਲਫ ਮੇਡ ਬੱਚਾ ਹੈ। It's a proud moment for each one of us that our student Manhar Bansal secured first position in all India. Shri Muksar Sahib to Tarseem Tuddi di report.